ਤੋਂ ਤੁਹਾਡੀ ਆਵਾਜ਼ ਆਏਗੀ। ਬਠਿੰਡਾ ਤੋਂ ਦੱਸੋ ਕਿ ਮੁਕਾਬਲਾ ਕਿਵੇਂ ਦਾ ਹੈ, ਕੌਣ ਜਿੱਤ ਰਿਹਾ ਬਠਿੰਡਾ ਤੋਂ? ਬਠਿੰਡਾ ਦੇ ਵਿੱਚ ਬਹੁਤ ਹੀ ਜ਼ਬਰਦਸਤ ਮੁਕਾਬਲਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਆਮ ਆਦਮੀ ਪਾਰਟੀ ਦੇ ਵਿੱਚ, ਤੇ ਇੱਥੇ ਤੀਸਰੀ ਵੱਡੀ ਧਿਰ ਬਣ ਕੇ ਲੱਖਾ ਸਿਧਾਣਾ ਉਭਰਿਆ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਮਾਨ ਦਲ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਹੈ, ਕਿਉਂਕਿ ਲੱਖਾ ਸਿਧਾਣਾ ਇੱਕ ਉਹ ਕੈਂਡੀਡੇਟ ਹੈ ਕਿ ਉਹਨੂੰ ਇਹ ਨਹੀਂ ਕਿ ਮਾਨ ਦਲ ਦੀ ਪਾਰਟੀ ਚ ਹੋਣ ਕਰਕੇ ਵੋਟ ਪੈਣੀ ਹੈ। ਲੱਖੇ ਦੀ ਆਪਣੀ ਵੀ ਬੜੀ ਮਿਹਨਤ ਹੈਗੀ ਹੈ। ਲੱਖਾ ਜਿਹੜਾ ਹੈਗਾ ਉਹ ਪਹਿਲਾਂ ਪਾਸ ਦੇ ਵਿੱਚ ਕਿਹੜੀ ਜ਼ਿੰਦਗੀ ਦੇ ਵਿੱਚ ਸੀ, ਉਸ ਤੋਂ ਬਾਅਦ ਉਹਨੇ ਆ ਕੇ ਗੈਂਗਸਟਰ ਸ਼ਬਦ ਹੈ ਜਿਹੜਾ ਆਪਦੇ ਨਾਮ ਦੇ ਨਾਲੋਂ ਹਟਾ ਕੇ ਆਪਦੇ ਨਾਮ ਨਾਲ ਗੈਂਗਸਟਰ ਦੀ ਵਜ੍ਹਾ ਪਰ ਲੱਖਾ ਸਿਧਾਣਾ ਬਾਰੇ ਹਰਸ਼ਰਨ ਜੀਤ ਮੋਹਿੰਦਰ ਸਿੱਧੂ ਕਹਿੰਦੇ ਨੇ ਬਲੈਕਮੇਲਰ ਹੈ। ਜਦੋਂ ਅਸੀਂ ਗੱਲਬਾਤ ਕਰਦੇ ਜੀਤ ਮੋਹਿੰਦਰ ਕਹਿੰਦੇ ਬਲੈਕਮੇਲਰ ਹੈ, ਸਭ ਨੂੰ ਪਤਾ ਹੈ ਇੱਥੇ ਜਾ ਕੇ ਉੱਥੇ ਜਾ ਕੇ ਪੈਸੇ ਲੈ ਲੈਂਦਾ, ਇਸ ਤਰ੍ਹਾਂ ਦੀ ਇਮੇਜ ਲੱਖਾ ਸਿਧਾਣਾ ਦੀ ਜੀਤ ਮੋਹਿੰਦਰ ਐਕਸਪਲੇਨ ਕਰ ਰਹੇ ਸੀ। ਬਿਲਕੁਲ, ਸੋ ਉਹੀ ਜਿਹੜੀ ਚੀਜ਼ ਹੈਗੀ, ਉਹੀ ਗੱਲ ਹੈ, ਉਹ ਲੱਖਾ ਸਿਧਾਣਾ ਨੂੰ ਨੁਕਸਾਨ ਕਰਦੀ ਹੈ, ਕਿਉਂਕਿ ਲੋਕ ਮਤਲਬ ਬਹੁਤ ਗਿਣਤੀ ਦੇ ਵਿੱਚ ਲੋਕ ਇਹੋ ਜਿਹੇ ਹੁੰਦੇ ਨੇ ਕਿ ਜੇ ਤੁਸੀਂ ਕਿਸੇ ਇਨਸਾਨ ਨੂੰ ਮਿਲੇ ਨਹੀਂ ਹੈਗੇ, ਜੇ ਤੁਸੀਂ ਉਸਨੂੰ ਜਾਣਿਆ ਨਹੀਂ ਹੈਗਾ, ਤਾਂ ਦੂਸਰਾ ਬੰਦਾ ਜੇ ਉਹਦੇ ਬਾਰੇ ਕੁਛ ਵੀ ਦੱਸ ਰਿਹਾ, ਚਾਹੇ ਝੂਠ ਦੱਸ ਰਿਹਾ ਚਾਹੇ ਸੱਚ ਦੱਸ ਰਿਹਾ, ਤੇ ਤੁਸੀਂ ਉੱਤੇ ਬੜੀ ਜਲਦੀ ਇੱਕ ਵਾਰੀ ਤਾਂ ਯਕੀਨ ਕਰਦੇ ਕਰਦੇ ਹੋ, ਉਸ ਤੋਂ ਬਾਅਦ ਜੋ ਤੁਹਾਡੇ ਸਾਹਮਣੇ ਦੂਸਰਾ ਪੱਖ ਆਉਂਦਾ ਹੈ, ਫਿਰ ਤੁਸੀਂ ਇੱਕ ਅਸਲੀ ਫੈਸਲਾ ਲੈ ਪਾਉਂਦੇ ਹੋ ਕਿ ਹਾਂ ਇਹ ਵੀ ਹੋ ਸਕਦਾ ਤੇ ਇਹ ਵੀ ਹੋ ਸਕਦਾ। ਲੱਖੇ ਦਾ ਪਾਸਟ ਹੈ ਜਿਹੜਾ ਉਹ ਕਿਤੇ ਨਾ ਕਿਤੇ ਸ਼ਹਿਰੀ ਵਰਗ ਦੇ ਵਿੱਚ ਉਹਨੂੰ ਨੁਕਸਾਨ ਕਰਦਾ ਹੈ, ਭਾਵੇਂ ਉਹ ਗੈਂਗਸਟਰ ਹੁਣ ਨਹੀਂ ਰਿਹਾ। ਜਿੰਨੀ ਮਰਜ਼ੀ ਆਪਾਂ ਇੱਥੇ, ਅਰਸ਼ ਮੈਂ ਇਹ ਵੀ ਸੋਚਦੀ ਹੁੰਦੀ ਹਾਂ ਕਿ ਆਪਾਂ ਗੈਂਗਸਟਰਾਂ ਨੂੰ ਕਹਿੰਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਇਸ ਦਲਦਲ ਦੇ ਵਿੱਚ ਧੱਕ ਦਿੱਤਾ ਜਾਂਦਾ ਹੈ, ਇੱਕ ਗੰਦੀ ਪੋਲਿਟਿਕਸ ਦੇ ਕਾਰਨ ਉਹਨਾਂ ਨੂੰ ਇੱਧਰ ਧੱਕਿਆ ਜਾਂਦਾ ਹੈ, ਨੌਜਵਾਨਾਂ ਨੂੰ ਫਿਰ ਬੜੀਆਂ ਅਪੀਲਾਂ ਦਲੀਲਾਂ ਬਹੁਤ ਕੁਛ ਕਿਹਾ ਜਾਂਦਾ ਹੈ। ਆਪਣੇ ਵਰਗੇ ਪੱਤਰਕਾਰ ਨੂੰ ਵੀ ਕਹਿੰਦੇ ਨੇ ਕਿ ਤੁਹਾਨੂੰ ਵਾਪਸ ਇੱਧਰ ਮੁੜੇ ਆਉਣਾ ਚਾਹੀਦਾ ਹੈ, ਸਮਾਜ ਸੇ ਵੀ ਕਹਿੰਦੇ ਨੇ ਕਿ ਤੁਸੀਂ ਇਸ ਜ਼ਿੰਦਗੀ 'ਚ ਮੁੜੇ ਆਓ। ਈਵਨ ਕਿ ਮੌਜੂਦਾ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਅਸਲ ਲਾਈਨ ਤੇ ਆ ਜਾਓ ਤੇ ਅਸੀਂ ਤੁਹਾਨੂੰ ਸਾਂਭਾਂਗੇ, ਤੁਹਾਨੂੰ ਜੇਲ੍ਹਾਂ ਦੇ ਵਿੱਚ ਨਹੀਂ ਪਾਵਾਂਗੇ, ਤੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਮੈਨੂੰ ਲੱਗਦਾ ਸਮਾਜ ਉਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਅਕਸੈਪਟ ਨਹੀਂ ਕਰ ਸਕਦਾ। ਇਹ ਲੱਖੇ ਸਿਧਾਣੇ ਦੇ ਨਾਲ ਵੀ ਹੁੰਦਾ ਆਇਆ ਹੈ, ਪਰ ਪਿੰਡਾਂ ਦੇ ਵਿੱਚ ਲੱਖੇ ਨੇ ਇੱਕ ਤਸਵੀਰ ਬਦਲ ਦਿੱਤੀ ਹੈ। ਪਿੰਡਾਂ ਦੇ ਵਿੱਚ ਮੈਂ ਦੇਖਿਆ, ਕਿਉਂਕਿ ਮੇਰਾ ਆਪਣਾ ਹਲਕਾ ਬਠਿੰਡਾ ਹੀ ਹੈ ਅਰਸ਼, ਜੇ ਤੁਹਾਨੂੰ ਪਤਾ ਹੋਵੇ ਮਾਨਸਾ ਜ਼ਿਲ੍ਹਾ, ਤੇ ਸਾਡੇ ਹਲਕੇ ਦੇ ਵਿੱਚ ਵੀ ਜਿਹੜੀ ਹੈਗੀ ਹਵਾ ਬਦਲੀ ਹੈ, ਇੱਕਦਮ ਹਵਾ ਦਾ ਰੁੱਖ ਬਦਲਿਆ, ਭਾਵੇਂ ਥੋੜੇ ਦਿਨਾਂ ਦੇ ਵਿੱਚ ਹੀ ਬਦਲਿਆ ਪਰ ਬਦਲਿਆ। ਜਦੋਂ ਤੋਂ ਲੋਕਾਂ ਦੇ ਵਿੱਚ ਪੰਥਕ ਸੀਟਾਂ ਨੂੰ ਜਿਤਾਉਣਾ ਹੈ ਉਹ ਗੱਲ ਚੱਲੀ ਹੈ, ਖਾਸ ਕਰਕੇ ਇੱਕ ਤਬਕੇ ਦੇ ਵਿੱਚ। ਤੇ ਦੂਸਰੇ ਪਾਸੇ ਜੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਗੱਲ ਕਰ ਲਈਏ ਤਾਂ ਬਠਿੰਡੇ ਵਿੱਚ ਉਹਨਾਂ ਦਾ ਆਧਾਰ ਹੈਗਾ, ਮਾਨਸਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ ਹੈ, ਗੁਰਮੀਤ ਸਿੰਘ ਖੁੱਡੀਆਂ ਨੇ ਜਿਹੜੇ ਉਹ ਵੀ ਆਪਣਾ ਕੋਈ ਘੱਟ ਮਜ਼ਬੂਤੀ ਨਹੀਂ ਰੱਖਦੇ, ਇੱਕ ਤਾਂ ਕੈਬਨਿਟ ਦੇ ਵਿੱਚ ਨੇ, ਇੱਕ ਕਿਸਾਨ ਦੇ ਪੁੱਤ ਨੇ, ਤੇ ਪੰਥਕ ਪਰਿਵਾਰ ਹੈ ਜਿਹੜਾ ਉਹਦੇ ਨਾਲ ਉਹ ਸੰਬੰਧ ਰੱਖਦੇ ਨੇ। ਗੁਰਮੀਤ ਸਿੰਘ ਖੁੱਡੀਆਂ ਵੀ ਪੂਰੀ ਤਰ੍ਹਾਂ ਦੇ ਨਾਲ ਪੰਥਕ ਤੌਰ ਤੇ ਜੇ ਆਪਾਂ ਦੇਖ ਲਈਏ ਤਾਂ ਪੂਰੀ ਟੱਕਰ ਦਿੰਦੇ ਨੇ, ਤੇ ਇੱਕ ਗਰਾਊਂਡ ਦੇ ਨਾਲ ਜੁੜੇ ਹੋਏ ਵਿਅਕਤੀ ਨੇ ਇੰਨੇ ਕੁ ਟਾਈਮ ਦੇ ਵਿੱਚ ਹੀ ਸਿਆਸਤ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਵਿੱਚ ਆਪਣੀ ਪਛਾਣ ਬਣਾਈ ਹੈ, ਤੇ ਲੋਕ ਸਭ ਤੋਂ ਵੱਧ ਮੈਨੂੰ ਲੱਗਦਾ ਪਸੰਦ ਕਰਦੇ ਨੇ ਜਦੋਂ ਕੋਈ ਲੀਡਰ ਉਹਨਾਂ ਨੂੰ ਆ ਕੇ ਬੁਲਾ ਲੈਂਦਾ ਹੈ ਬਾਈ ਨੇਮ, ਉਹ ਤੁਹਾਨੂੰ ਜਾਣਦਾ ਹੁੰਦਾ ਹੈ ਲੀਡਰ, ਤੇ ਜਦੋਂ ਤੁਸੀਂ ਲੀਡਰ ਦੇ ਕੋਲ ਜਾਓ ਤੇ ਉਹ ਤੁਹਾਡਾ ਕੰਮ ਕਰਦੇ। ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਇਹ ਬਹੁਤ ਵੱਡਾ ਗੁਣ ਸੀਗਾ, ਭਾਵੇਂ ਉਹ ਕਿਹੋ ਜਿਹੇ ਵੀ ਮੁੱਖ ਮੰਤਰੀ ਸੀ, ਉਹਨਾਂ ਨੇ ਪੰਜਾਬ ਦੇ ਵਿੱਚ ਕਿੰਨੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਪੰਜਾਬ ਦਾ ਪਾਣੀ ਹੋ ਗਿਆ, ਬਹੁਤ ਵੱਡੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਪੰਜਾਬ ਨੂੰ ਖੋਰਾ ਲਾਇਆ, ਇਹ ਉਹਨਾਂ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ, ਤੇ ਸਿੱਖ ਕੌਮ ਹੀ ਸਭ ਤੋਂ ਵੱਧ ਉਹਨਾਂ ਤੇ ਇਲਜ਼ਾਮ ਲਾਉਂਦੀ ਹੈ, ਪਰ ਇੱਕ ਲੀਡਰਸ਼ਿਪ ਦਾ ਗੁਣ ਉਹਨਾਂ ਦੇ ਵਿੱਚ ਬੜਾ ਵੱਡਾ ਸੀਗਾ, ਤੇ ਉਸ ਦਾ ਫਾਇਦਾ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪਿਛਲੇ 15 ਸਾਲਾਂ ਦੇ ਵਿੱਚ ਮਿਲਦਾ ਰਿਹਾ। ਪਰ ਹੁਣ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਦੇ ਵਿੱਚ ਨਹੀਂ ਹੈਗੇ, ਸੁਖਬੀਰ ਸਿੰਘ ਬਾਦਲ ਤੇ ਉਸ ਤਰੀਕੇ ਦੇ ਨਾਲ ਲੋਕ ਭਰੋਸਾ ਨਹੀਂ ਜਿਤਾ ਪਾ ਰਹੇ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਹੁੰਦਾ ਸੀ। ਬਾਬੇ ਬਾਦਲ ਨੂੰ ਯਾਦ ਕਰਦੇ ਨੇ ਕਿ
ਬਜ਼ੁਰਗ ਨੇ ਜਿਹੜੇ ਪੁਰਾਣੇ ਨੇ, ਜਿਹੜੇ ਨੌਜਵਾਨੀ ਹੈਗੀ ਹੈ ਉਹਦੇ ਵਿੱਚ ਅਸਰ ਹੈਗਾ ਹਾਲੇ ਵੀ, ਬੇਅਦਬੀ ਕਾਂਡ ਦਾ ਮੈਂ ਦੇਖਿਆ ਫਰੀਦਕੋਟ ਦੇ ਵਿੱਚ ਜ਼ਿਆਦਾ ਦੇਖਿਆ, ਬਠਿੰਡੇ ਦੇ ਵਿੱਚ ਥੋੜਾ ਘੱਟ ਹੈ, ਤੇ ਆਮ ਆਦਮੀ ਪਾਰਟੀ ਨੇ ਨੋ ਡਾਊਟ ਇੱਥੇ ਆਪਣਾ ਕੇਡਰ ਹੈ ਜਿਹੜਾ ਪੱਕਾ ਉਹ ਬਣਾ ਲਿਆ 2022 ਦੇ ਵਿੱਚ ਜਾਂ ਉਸ ਤੋਂ ਪਹਿਲਾਂ 17 ਦੇ ਵਿੱਚ। ਆਮ ਆਦਮੀ ਪਾਰਟੀ ਦੀ ਪੱਕੀ ਵੋਟ ਹੈ ਨਹੀਂ ਸੀਗੀ, ਇੱਕ ਵੇਵ ਵਾਲੀ ਵੋਟ ਹੁੰਦੀ ਸੀ। ਸੋ ਬਠਿੰਡੇ ਦੇ ਵਿੱਚ ਇਹੋ ਜਿਹੀ ਫਸਵੀਂ ਸਥਿਤੀ ਬਣੀ ਹੋਈ ਹੈ ਜੇ ਇੱਕ ਨਾਮ ਅਗਰ ਲੈਣਾ ਹੋਵੇ ਤਾਂ ਕਿਹੜਾ ਨਾਮ ਤੁਸੀਂ ਲਓਗੇ? ਪਹਿਲੇ ਨੰਬਰ ਤੇ ਕਿਨੂੰ ਰੱਖ ਰਹੇ ਹੋ ਤੁਸੀਂ? ਹਰਸਿਮਰਤ ਕੌਰ ਬਾਦਲ। ਤੇ ਵੀ ਕਿਹਾ ਜਾ ਰਿਹਾ ਕਿ ਕਾਫੀ ਮੁਸ਼ਕਿਲ ਹੈ ਉਹਨਾਂ ਦੇ ਲਈ ਸੀਟ ਕੱਢਣੀ, ਕੁਝ ਇਹ ਵੀ ਕਹਿ ਰਹੇ ਨੇ ਗੁਰਮੀਤ ਖੁੰਡੀਆ, ਮੁਸ਼ਕਿਲ ਬਹੁਤ ਜ਼ਿਆਦਾ ਆ, ਮੁਸ਼ਕਿਲ ਬਹੁਤ ਜ਼ਿਆਦਾ, ਗੁਰਮੀਤ ਖੁੰਡੀਆ ਪੂਰੀ ਟੱਕਰ ਦੇ ਰਹੇ ਨੇ ਉਹਨਾਂ ਨੂੰ। ਗੁਰਮੀਤ ਖੁੰਡੀਆ ਨੋ ਡਾਊਟ ਪੂਰੀ ਟੱਕਰ ਦੇ ਰਹੇ ਨੇ, ਕਿਉਂਕਿ ਇੱਕ ਇਹ ਹੋ ਸਕਦਾ ਹੈ ਕਿ ਬਿਲਕੁਲ ਜੋ ਅਕਾਲੀ ਦਲ ਸੁਪਨਾ ਸਜਾ ਰਿਹਾ ਹੈ, ਜੋ ਅਕਾਲੀ ਦਲ ਦੀ ਇਕਲੌਤੀ ਉਮੀਦ ਅਸੀਂ ਕਹਿ ਸਕਦੇ ਬਠਿੰਡਾ ਦੀ ਸੀਟ ਹੈ, ਉੱਥੇ ਪਾਣੀ ਫਿਰਨ ਦੇ ਆਸਾਰ ਨੇ, ਹੋ ਸਕਦਾ ਕਿਉਂਕਿ ਕੁਝ ਐਗਜ਼ਿਟ ਪੋਲ ਜੋ ਨੇ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਦੇ ਰਹੇ, ਜਿਵੇਂ ਇੰਡੀਆ ਟੂਡੇ ਦਾ ਹੀ ਇੱਕ ਮੈਂ ਐਗਜ਼ਿਟ ਪੋਲ ਦੇਖਾਂ, ਕੋਈ ਸੀਟ ਨਹੀਂ ਹੈ ਅਕਾਲੀ ਦਲ ਨੂੰ। ਨਿਊਜ਼ 18 ਦਾ ਐਗਜ਼ਿਟ ਪੋਲ ਦੇਖਾਂ, ਕੋਈ ਸੀਟ ਨਹੀਂ ਹੈ ਅਕਾਲੀ ਦਲ ਨੂੰ, ਇਸ ਤਰ੍ਹਾਂ ਦੇ ਐਗਜ਼ਿਟ ਪੋਲ ਆ ਰਹੇ। ਤੇ ਬਿਲਕੁਲ ਮੈਂ ਵੀ ਪਹਿਲੇ ਨੰਬਰ ਤੇ ਤਾਂ ਮੈਂ ਇਹੀ ਕਹੂੰਗੀ ਕਿ ਪੂਰੀ ਤਰ੍ਹਾਂ ਦੇ ਨਾਲ ਫਾਈਟ ਹੈਗੀ ਹੈ, ਤੇ ਇਹਤੇ ਇੱਕ ਨਾਮ ਤੁਸੀਂ ਕਿਉਂਕਿ ਪੁੱਛ ਹੀ ਇੱਕ ਨਾਮ ਰਹੇ ਹੋ ਤਾਂ ਮੈਨੂੰ ਜਿੱਥੇ ਥੋੜਾ ਜਿਹਾ ਪਲੜਾ ਭਾਰੀ ਦਿਖਾਈ ਦਿੱਤਾ ਤਾਂ ਉਹ ਨਾਮ ਮੈਂ ਲੈ ਦਿੱਤਾ, ਪਰ ਮੁਕਾਬਲਾ ਬਹੁਤ ਹੀ ਗਹਿਗਾ ਚ ਹੈ। ਹਰਸਿਮਰਤ ਕੌਰ ਬਾਦਲ ਨੂੰ ਇਸ ਕਰਕੇ ਫਾਇਦਾ ਹੋ ਸਕਦਾ ਜੇ ਲੱਖਾਂ ਸਧਾਣਾ ਨੂੰ ਵੋਟਾਂ ਜ਼ਿਆਦਾ ਪੈਂਦੀਆਂ ਨੇ, ਪਿੰਡਾਂ ਦੀ ਵੋਟ ਕਿਤੇ ਕਿਤੇ ਆਮ ਆਦਮੀ ਪਾਰਟੀ ਦੀ, ਕਾਂਗਰਸ ਦੀ ਵੋਟ ਹੈ ਜਿਹੜੀ ਜਾਂ ਫਿਰ ਅਕਾਲੀ ਦਲ ਦੀ ਵੋਟ ਹੈ, ਉਹ ਸਾਰੀ ਲੱਖੇ ਸਿਧਾਣੇ ਨੂੰ ਜੇ ਭੁਗਤਦੀ ਹੈ, ਕਿਉਂਕਿ ਅਕਾਲੀ ਦਲ ਦੀ ਸਾਰੀ ਵੋਟ ਤਾਂ ਭੁਗਤ ਨਹੀਂ ਸਕਦੀ, ਨਾ ਹੀ ਬਾਕੀ ਪਾਰਟੀਆਂ ਦੀ ਭੁਗਤ ਸਕਦੀ ਹੈ, ਪਰ ਜੇ ਆਮ ਆਦਮੀ ਪਾਰਟੀ ਦੀ ਜਾਂ ਕਾਂਗਰਸ ਦੀ ਵੋਟ ਲੱਖੇ ਵੱਲ ਜਾਂਦੀ ਹੈ ਤਾਂ ਉਹਦਾ ਵੋਟ ਪਰਸੈਂਟੇਜ ਦੇ ਵਿੱਚ ਫਾਇਦਾ ਹਰਸਿਮਰਤ ਕੌਰ ਬਾਦਲ ਨੂੰ ਹੀ ਹੋਣਾ। ਇਸ ਪੱਖ ਤੋਂ ਮੈਨੂੰ ਲੱਗਦਾ ਕਿ ਹਰਸਿਮਰਤ ਕੌਰ ਬਾਦਲ ਨੂੰ ਫਾਇਦਾ ਹੋ ਸਕਦਾ ਹੈ, ਬਠਿੰਡੇ ਵੱਲ ਹੀ ਇਹਨਾਂ ਦਾ ਆਧਾਰ ਹੈਗਾ ਆ। ਮਾਨਸਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੈ, ਪਰ ਕਿਉਂਕਿ ਲੱਖਾਂ ਸਿਧਾਣਾ ਇੱਕ ਵੇਵ ਦੇ ਵਾਂਗ ਉੱਠਿਆ, ਉਹ ਸਭ ਤੋਂ ਵੱਧ ਜਿਹੜਾ ਜਿਹੜਾ ਪ੍ਰਚਾਰ ਹੈ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਕਰ ਰਿਹਾ ਹੈ। ਜੇ ਆਪਾਂ ਲੱਖੇ ਸਿਧਾਣੇ ਦੇ ਪ੍ਰਚਾਰ ਦਾ ਲਹਿਜ਼ਾ ਦੇਖ ਲਈਏ, ਮੁੱਖ ਮੰਤਰੀ ਭਗਵੰਤ ਮਾਨ, ਕਿਉਂਕਿ ਆਸਾਂ ਬਹੁਤ ਸੀਗੀਆਂ, ਸੀਐਮ ਭਗਵੰਤ ਮਾਨ ਤੋਂ ਆਸਾਂ ਬਹੁਤ ਸੀਗੀਆਂ, ਪੰਜਾਬ ਦੇ ਮੁੱਦਿਆਂ ਤੇ ਉਹ ਜ਼ਿਆਦਾ ਘੇਰਦੇ ਨੇ ਕਿ ਪੰਜਾਬ ਦੇ ਆਹ ਮੁੱਦੇ ਤੇ ਨਹੀਂ ਬੋਲੇ, ਠੀਕ ਹੈ ਵਿਕਾਸ ਦੀਆਂ ਇਹ ਗੱਲਾਂ ਕੀਤੀਆਂ ਨੇ, ਪਰ ਬਹੁਤ ਸਾਰੇ ਮੁੱਦਿਆਂ ਤੇ ਲੱਖਾਂ ਸਿਧਾਣਾ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਖਰੇ ਨਹੀਂ ਉਤਰੀ, ਲੋਕਾਂ ਨੂੰ ਧੋਖਾ ਮਿਲਿਆ। ਸੋ ਉਹ ਜਿਹੜਾ ਪ੍ਰਚਾਰ ਕਰ ਰਹੇ ਨੇ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਦੀ ਵੋਟ ਹੈ ਜਿਹੜੀ ਉਹ ਇੱਧਰ ਭੁਗਤਗੀ, ਤਾਂ ਅਕਾਲੀ ਦਲ ਨੂੰ ਫਾਇਦਾ ਥੋੜਾ ਬਹੁਤ ਹੋ ਸਕਦਾ, ਪਰ ਜਿੱਤ ਦਾ ਜਿਹੜਾ ਫਰਕ ਹੈ ਨਾ ਉਹ ਮੈਨੂੰ ਲੱਗਦਾ ਕਿ ਬਹੁਤ ਘੱਟ ਰਹੂਗਾ। ਤੇ ਪੰਜਾਬ, ਫਿਰ ਮੈਨੂੰ ਇਹ ਵੀ ਕਹਿਣਾ ਪਊਗਾ ਕਿ ਪੰਜਾਬ ਕਈ ਵਾਰੀ ਬਹੁਤ ਹੀ ਜਿਹੜਾ ਹੈਗਾ ਅਨੋਖੇ ਫੈਸਲੇ ਦਿੰਦਾ ਹੈ, ਕਿਉਂਕਿ ਪੰਜਾਬ ਹੈ ਪੂਰੇ ਭਾਰਤ ਦੀਆਂ ਸਟੇਟਾਂ ਦੇ ਕਲੀਅਰ ਕੱਟ ਫੈਸਲੇ ਐਗਜ਼ਿਟ ਪੋਲਸ ਨੇ ਦਿੱਤੇ ਨੇ, ਪਰ ਬਠਿੰਡਾ ਤੇ ਸੰਗਰੂਰ ਇਹੋ ਜਿਹੀਆਂ ਸੀਟਾਂ ਨੇ ਜਿੱਥੇ ਕਈ ਐਗਜ਼ਿਟ ਪੋਲਸ ਚੁੱਪ ਰਹੇ ਨੇ ਕਿ ਇੱਥੋਂ ਦਾ ਨਤੀਜਾ ਅਸੀਂ ਨਹੀਂ ਦੱਸ ਸਕਦੇ, ਇੱਥੋਂ ਦਾ ਪੋਲ ਸਾਡੇ ਕੋਲ ਨਹੀਂ ਹੈਗਾ, ਕੁਛ ਨਹੀਂ ਪਤਾ ਲੱਗ ਰਿਹਾ ਕਿ ਇੱਥੇ ਹੋਣਾ ਕੀ ਹੈ। ਫਰਕ ਬਹੁਤ ਹੀ ਮਾੜਾ ਮੋਟਾ 19-21 ਤੋਂ ਵੀ ਘੱਟ ਦਾ ਮੈਨੂੰ ਲੱਗਦਾ ਕਿ ਫਰਕ ਰਹੂਗਾ ਜਿਹੜਾ ਵੀ ਜਿੱਤਿਆ ਇੱਥੇ।